ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਥੇ 23 ਸਾਲਾ ਲੜਕੀ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਰਾਏਕੋਟ ਦੇ ਪਿੰਡ ਲੋਹੜਬੱਦੀ ਦੀ 23 ਸਾਲਾ ਲੜਕੀ ਦੀ ਬ੍ਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਪਿੰਡ ਲੋਹੜਬੱਦੀ ਵਿੱਚ ਸੋਗ ਦਾ ਮਾਹੌਲ ਹੈ। ਤਨਵੀਰ ਕੌਰ, ਜਿਸ ਦੀ ਉਮਰ 23 ਸਾਲ ਸੀ, ਲੰਘੇ ਸਾਲ ਅਗਸਤ ਮਹੀਨੇ 'ਚ ਸਟੱਡੀ ਵੀਜ਼ੇ 'ਤੇ ਬ੍ਰੈਂਪਟਨ ਵਿਖੇ ਗਈ ਸੀ, ਜਿੱਥੇ ਪੜ੍ਹਾਈ ਦੇ ਨਾਲ ਨਾਲ ਕੰਮਕਾਰ ਨਾ ਮਿਲਣ ਕਰਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਵੀ ਸੀ। ਇਹੀ ਪਰੇਸ਼ਾਨੀ ਉਸ ਦੀ ਮੌਤ ਦਾ ਕਾਰਨ ਬਣੀ ਤੇ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਬੜੇ ਚਾਵਾਂ ਤੇ ਉਮੀਦਾਂ ਨਾਲ ਆਪਣੀ ਬੇਟੀ ਨੂੰ ਵਿਦੇਸ਼ ਪੜ੍ਹਾਈ ਕਰਨ ਲਈ ਭੇਜਿਆ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਬੀਤੀ ਰਾਤ ਇਹ ਭਾਣਾ ਵਾਪਰ ਗਿਆ। ਇਸ ਮੌਕੇ ਤਨਵੀਰ ਕੌਰ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕੈਨੇਡਾ ਦੇ ਨਾਲ ਨਾਲ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੀ ਲਾਸ਼ ਪਿੰਡ ਭੇਜਣ ਲਈ ਮਦਦ ਕਰਨ ਤਾਂ ਕਿ ਪਰਿਵਾਰ ਆਪਣੀ ਧੀ ਦੀਆਂ ਅੰਤਿਮ ਰਸਮਾਂ ਆਪਣੇ ਹੱਥੀਂ ਕਰ ਸਕਣ। ਹਰਦੀਪ ਸਿੰਘ ਆ ਜੀ, ਇਹ ਮੇਰੇ ਫੁੱਫੜ ਜੀ ਦੀ ਪੋਤੀ ਆ ਜੀ, ਲੋਹੜਬੱਦੀ ਤੋਂ। ਇਹ ਬ੍ਰੈਂਪਟਨ ਦੇ ਵਿੱਚ 19 ਅਗਸਤ ਨੂੰ ਗਈ ਸੀ 2023 ਨੂੰ ਪੜ੍ਹਾਈ ਦੇ ਤੌਰ 'ਤੇ। ਇਹ ਉੱਥੇ ਆਪਣੇ ਚੰਗੇ ਭਵਿੱਖ ਲਈ ਜਾਣ ਕਰਕੇ ਉੱਥੇ ਬੱਚਿਆਂ ਦੇ ਪੜ੍ਹਾਈ ਦਾ ਜੋ ਬੋਝ ਆ ਜਾਂ ਨਾ ਕੰਮ ਮਿਲਣ ਦੇ ਕਾਰਨ ਉਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੀ ਜਿਹੜੀ ਡੈਥ ਬੋਡੀ ਆ ਉਹ ਜਲਦੀ ਤੋਂ ਜਲਦੀ ਸਾਡੇ ਪਿੰਡ ਦਿੱਤੀ ਜਾਵੇ। ਤਨਵੀਰ ਕੌਰ, 23 ਸਾਲ ਤੋਂ, 23 ਸਾਲ ਤੋਂ। ਹਾਂਜੀ, ਉਦੋਂ ਵਧੀਆ ਕੋਈ ਗੱਲ ਏਦਾਂ ਦੀ ਕੋਈ ਗੱਲ ਨਹੀਂ ਸੀ, ਵਧੀਆ ਗੱਲਬਾਤ ਹੁੰਦੀ ਸੀ, ਕੋਈ ਏਦਾਂ ਦਾ ਅਚਾਨਕ ਹੀ ਕੱਲ ਇਹ ਭਾਣਾ ਵਰਤਿਆ। ਮੇਰਾ ਨਾਮ ਜਗਰੂਪ ਸਿੰਘ ਬੂਟਾ ਜੀ, ਗ੍ਰੰਥੀ ਗੁਰਦੁਆਰਾ ਗੁਰੂ ਗ੍ਰੰਥ ਪ੍ਰਕਾਸ਼ ਸਾਹਿਬ ਜੀ। ਹਾਂਜੀ, ਬਹੁਤ ਮੰਦਭਾਗੀ ਖਬਰ ਆ ਜੀ ਸਾਰੇ ਸਮੂਹ ਪਿੰਡ ਦੀ ਖਾਤਰ। ਸਾਡੇ ਪਿੰਡ ਦੇ ਵਿੱਚੋਂ, ਨਗਰ ਦੇ ਵਿੱਚੋਂ ਰਣਜੀਤ ਸਿੰਘ, ਉਹਨਾਂ ਦੀ ਬੇਟੀ ਤਨਵੀਰ ਕੌਰ, ਜੋ ਕਿ ਲਗਭਗ 23 ਸਾਲ ਦੀ ਉਮਰ ਸੀ, ਸਾਲ ਕੁ ਹੋ ਗਿਆ ਆਪਦੇ ਉਜਵਲ ਭਵਿੱਖ ਦੀ ਖਾਤਰ ਬ੍ਰੈਂਪਟਨ ਗਏ ਸੀਗੇ, ਅਤੇ ਪਰਿਵਾਰ ਨੇ ਆਪਣੇ ਵਸੀਲਿਆਂ ਨਾਲ ਉਜਵਲ ਭਵਿੱਖ ਦੀ ਖਾਤਰ ਬਾਹਰ ਤੁਰੀ ਸੀ, ਅਤੇ ਅਚਾਨਕ ਬੱਚੀ ਦੀ ਡੈਥ ਹੋ ਚੁੱਕੀ ਆ। ਅਤੇ ਮੰਗ ਕਰਦੇ ਹਾਂ ਸਰਕਾਰ ਤੋਂ ਜੀ, ਬਈ ਉਸ ਬੱਚੀ ਦੀ ਜੋ ਮ੍ਰਿਤਕ ਦੇਹ ਆ ਜਲਦੀ ਤੋਂ ਜਲਦੀ ਪਿੰਡ ਭੇਜੀ ਜਾਵੇ, ਤਾਂ ਕਿ ਜੋ ਪਰਿਵਾਰ ਵੱਲੋਂ ਆਪਣੇ ਹੱਥੀਂ ਉਹਦਾ ਸਤਿਕਾਰ ਕਰਕੇ ਜੋ ਪਰਿਵਾਰ ਨੂੰ ਵੀ ਧਰਵਾਸਾ ਹੋਵੇ। ਅਤੇ ਜ਼ਰੂਰੀ ਮੰਗ ਹੈ ਜੀ ਇਹ, ਬੇਨਤੀ ਪ੍ਰਵਾਨ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।